ਪੰਜਾਬੀ ਸਾਹਿਤ ਦੇ ਬਾਬਾ ਬੋੜ ਬਾਪੂ ਜਸਵੰਤ ਸਿੰਘ ਜੀ ਕਮਲ ਢੁੱਡੀਕਿਆਂ ਵਾਲੇ ਉਹਨਾਂ ਦਾ 100ਵਾਂ ਜਨਮ ਦਿਨ ਦੁਨੀਆ ਭਰ ਵਿੱਚ ਵਸਦੇ ਉਹਨਾਂ ਦੇ ਪਾਠਕਾਂ ਨੂੰ ਲੱਖ ਲੱਖ ਮੁਬਾਰਕ ਹੋਵੇ। ਮੈਂ ਸਮੂਹ ਨਗਰ ਪੰਚਾਇਤ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਦੂਰ ਬੈਠੇ ਨੂੰ ਵੀ ਯਾਦ ਕੀਤਾ ਕਿ ਉਹਨਾਂ 'ਤੇ ਗਾਣਾ ਗਾ ਕੇ ਭੇਜੋ। ਸੋ ਮੈਂ ਆਪਣਾ ਅਤੇ ਬਾਈ ਬਲਬੀਰ ਲਹਿਰੇ ਦਾ ਲਿਖਿਆ ਗੀਤ ਤੁਹਾਡੀ ਨਜ਼ਰ ਕਰਨ ਲੱਗਾ। ਸਰੰਗੀ 'ਤੇ ਮੇਰਾ ਸਾਥ ਦੇ ਰਹੇ ਨੇ ਸਰਦਾਰ ਚਮਕੌਰ ਸਿੰਘ ਜੀ ਸੇਖੋਂ ਅਤੇ ਨਾਲ ਬਾਈ ਨਵਦੀਪ ਸਿੰਘ ਜੀ ਮੰਡੀ ਕਲਾਂ। ਉਹ ਸਾਡੇ ਵੱਲੋਂ ਜਨਮ ਮੁਬਾਰਕ ਸਾਰੇ ਨਗਰ ਖੇੜੇ ਨੂੰ, ਝੁਕ ਝੁਕ ਕੇ ਪ੍ਰਣਾਮ ਕਰਾਂ ਮੈਂ ਕਰਮਾਂ ਵਾਲੇ ਵੇੜੇ ਨੂੰ, ਬਈ ਝੁਕ ਝੁਕ ਕੇ ਪ੍ਰਣਾਮ ਕਰਾਂ ਮੈਂ ਕਰਮਾਂ ਵਾਲੇ ਵੇੜੇ ਨੂੰ। ਪੂਰਨ ਮਾਛੀ ਨਾਵਲ ਵਰਗਾ ਟੁੱਟੀ ਕੇ ਚੰਨ ਚੜਿਆ ਸੀ, ਮਾਂ ਬੋਲੀ ਦੇ 35 ਅੱਖਰ ਕਿੱਥੋਂ ਬਾਪੂ ਪੜਿਆ ਸੀ, ਉਹ ਸਮੇਂ ਦੀਆਂ ਸਰਕਾਰਾਂ ਨਾਲ ਕਦੇ ਤਿਆਰੀ ਗਿੱਟ ਮਿੱਟ ਹੋਈ ਨਾ, ਬਈ ਸਮੇਂ ਦੀਆਂ ਸਰਕਾਰਾਂ ਨਾਲ ਕਦੇ ਤਿਆਰੀ ਗਿੱਟ ਮਿੱਟ ਹੋਈ ਨਾ, ਜੋ ਵਿਕ ਜਾਂਦੇ ਜਾਂ ਡਰ ਜਾਂਦੇ ਮਿਰਦੀ ਜੱਗ ਤੇ ਢੋਈ ਨਾ, ਜੋ ਵਿਕ ਜਾਂਦੇ ਜਾਂ ਡਰ ਜਾਂਦੇ ਮਿਰਦੀ ਜੱਗ ਤੇ ਢੋਈ ਨਾ, ਜਦੋਂ ਵੀ ਜ਼ਾਲਮ ਜ਼ੁਲਮ ਕਮਾਇਆ ਹਿੱਕ ਤਾਣ ਕੇ ਲੜਿਆ ਸੀ, ਅੱਖਰ ਕਿੱਦਾਂ ਬਾਪੂ ਪੜਿਆ ਸੀ, ਤੂੰ ਮਾਂ ਬੋਲੀ ਦੇ 35 ਅੱਖਰ ਓਏ ਕਿੱਥੋਂ ਬਾਪੂ ਪੜਿਆ ਸੀ। ਲੈ ਸੇਖੋਂ ਸਾਹਿਬ ਉਹ ਚੜ੍ਹਦੀ ਉਮਰ ਵਰੇਸ ਤੇ ਲਿਖਿਆ ਲਿਖਿਆ ਪੁੱਟਿਆ ਖੇੜਿਆ ਤੇ, ਤੂੰ ਸੱਚਾ ਕੌੜੇ ਅੱਗ ਵਰਗਾ ਤੂੰ ਲਿਖਿਆ ਸਾਧ ਲੁਟੇਰਿਆ ਤੇ, ਤੂੰ ਕੌੜਾ ਸੱਚਾ ਅੱਗ ਵਰਗਾ ਤੂੰ ਲਿਖਿਆ ਸਾਧ ਲੁਟੇਰਿਆ ਤੇ, ਉਹ ਖਲਕਤ ਨੂੰ ਪ੍ਰਵਾਨ ਤੇਰਾ ਤੂੰ ਜੋ ਵੀ ਲਿਖਿਆ ਪੜਿਆ ਸੀ, ਮਾਂ ਬੋਲੀ ਦੇ 35 ਅੱਖਰ ਕਿੱਥੇ ਬਾਪੂ ਪੜਿਆ ਸੀ, ਤੂੰ ਮਾਂ ਬੋਲੀ ਦੇ 35 ਅੱਖਰ ਓਏ ਕਿੱਥੋਂ ਬਾਪੂ ਪੜਿਆ ਸੀ। ਉਹ ਚੰਗੀ ਸਿਹਤ ਨੂੰ ਕਿੰਜ ਮਾਣੀ ਦਾ ਦੱਸ ਦੇ ਦੁਨੀਆ ਸਾਰੀ ਨੂੰ, ਬਈ ਚੰਗੀ ਸਿਹਤ ਨੂੰ ਕਿੰਜ ਮਾਣੀ ਦਾ ਦੱਸ ਦੇ ਦੁਨੀਆ ਸਾਰੀ ਨੂੰ, 100 ਸਾਲ ਦੇ ਗੱਭਰੂ ਨੇ ਨੇੜੇ ਢੁੱਕਣ ਨੀ ਦਿੱਤਾ ਬਿਮਾਰੀ ਨੂੰ, 100 ਸਾਲ ਦੇ ਗੱਭਰੂ ਨੂੰ ਨੇੜੇ ਢੁੱਕਣ ਨੀ ਦਿੱਤਾ ਬਿਮਾਰੀ ਨੂੰ, ਡਾਕਟਰ ਜੀ ਜਸਵੰਤ ਕੌਰ ਦਾ ਇਲਮ ਦਿਮਾਗੀ ਚੜਿਆ ਸੀ, ਬੋਲੀ ਦੇ 35 ਅੱਖਰ ਕਿੱਦਾਂ ਬਾਪੂ ਪੜਿਆ ਸੀ, ਉਹ ਮਾਂ ਬੋਲੀ ਦੇ 35 ਅੱਖਰ ਓਏ ਕਿੱਥੋਂ ਬਾਪੂ ਪੜਿਆ ਸੀ। ਉਹ ਤਪਦੀ ਭੱਠੀ ਤੇਰੇ ਅੰਦਰ ਮਾਂ ਬੋਲੀ ਦੀ ਦੇਖੀਆ, ਤਪਦੀ ਭੱਠੀ ਤੇਰੇ ਅੰਦਰ ਮਾਂ
ਬੋਲੀ ਮਾਂ ਬੋਲੀ ਦੀ ਹੇਠੀਆ ਓਏ ਪੁੱਤਰ ਹੁੰਦਿਆਂ ਝੁਕ ਜੇ ਬੋਲੀ ਮਾਂ ਬੋਲੀ ਦੀ ਹੇਠੀਆ ਕਿਲ ਹਰਦੀਪ ਤੇ ਲਹਿਰੇ ਨੇ ਵੀ ਅੱਖਰ ਅੱਖਰ ਜੜਿਆ ਸੀ ਮਾਂ ਬੋਲੀ ਦੇ 35 ਅੱਖਰ ਕਿਤੋਂ ਬਾਪੂ ਪੜਿਆ ਸੀ ਮਾਂ ਬੋਲੀ ਦੇ 35 ਅੱਖਰ ਕਿਤੋਂ ਬਾਪੂ ਪੜਿਆ ਸੀ ਤੂੰ ਮਾਂ ਬੋਲੀ ਦੇ 35 ਅੱਖਰ ਓਏ ਕਿਥੋਂ ਬਾਪੂ ਪੜਿਆ